ਭਾਰਤ ਨੇ ਐਤਵਾਰ ਯਾਨੀ 28 ਜੁਲਾਈ ਨੂੰ ਪੈਰਿਸ ਓਲੰਪਿਕ 2024 ਵਿੱਚ ਆਪਣਾ ਪਹਿਲਾ ਮੈਡਲ ਹਾਸਲ ਕੀਤਾ। ਮਹਿਲਾ ਨਿਸ਼ਾਨੇਬਾਜ਼ ਮਨੂ ਬਾਕਰ ਨੇ ਭਾਰਤ ਲਈ ਪਹਿਲਾ ਬ੍ਰੋਂਜ਼ ਮੈਡਲ ਜਿੱਤਿਆ। ਹੁਣ ਅੱਜ ਸੋਮਵਾਰ ਯਾਨੀ 29 ਜੁਲਾਈ ਨੂੰ ਭਾਰਤ ਨੂੰ ਇੱਕ ਜਾਂ ਦੋ ਨਹੀਂ ਸਗੋਂ 3 ਸੋਨੇ ਦੇ ਮੈਡਲ ਮਿਲ ਸਕਦੇ ਨੇ। ਇਸ ਵਿੱਚ 2 ਮੈਡਲ ਵਿਅਕਤੀਗਤ ਖਿਡਾਰੀ ਅਤੇ 1 ਟੀਮ ਰਾਹੀਂ ਜਿੱਤਿਆ ਜਾ ਸਕਦਾ ਹੈ। 2 ਵਿਅਕਤੀਗਤ ਮੈਡਲ ਨਿਸ਼ਾਨੇਬਾਜ਼ੀ ਵਿੱਚ ਆ ਸਕਦੇ ਹਨ, ਬਾਕੀ ਤੀਰ ਅੰਦਾਜ਼ੀ ਵਿੱਚ 1 ਮੈਡਲ ਆਉਣ ਦੀ ਉਮੀਦ ਹੈ। ਨਿਸ਼ਾਨੇਬਾਜ਼ੀ ਵਿੱਚ ਰਮੀਤਾ ਜਿੰਦਲ ਅਤੇ ਅਰਜੁਨ ਬਬੂਤਾ ਤਗਮੇ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਨਗੇ। ਪਿਛਲੇ ਐਤਵਾਰ ਰਮੀਤਾ ਔਰਤਾਂ ਦੇ 10 ਮੀਟਰ ਏਅਰ ਰਾਈਫਲ ਕੁਆਲੀਫਿਕੇਸ਼ਨ ਰਾਊਂਡ ਦੇ ਵਿੱਚ 5ਵੇਂ ਸਥਾਨ ਤੇ ਰਹੀ ਸੀ। ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਕੁਆਲੀਫਿਕੇਸ਼ਨ ਦੌਰ ਵਿੱਚ ਅਰਜੁਨ ਬਬੂਤਾ 7ਵੇਂ ਸਥਾਨ ਤੇ ਰਹੇ। ਕੁਆਲੀਫਿਕੇਸ਼ਨ ਰਾਊਂਡ ਵਿੱਚੋਂ ਕੁੱਲ 8 ਖਿਡਾਰੀਆਂ ਨੇ ਫਾਈਨਲ ਵਿੱਚ ਥਾਂ ਪੱਕੀ ਕੀਤੀ ਹੈ। ਰਮੀਤਾ ਜਿੰਦਲ ਦੁਪਹਿਰ 1 ਵਜੇ ਅਤੇ ਅਰਜੁਨ 3:30 ਵਜੇ ਐਕਸ਼ਨ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਤੀਰਜ, ਤਰੁਣਦੀਪ ਰਾਏ ਅਤੇ ਪਰਵੀਨ ਜਾਧਵ ਵਾਲੀ ਤੀਰ ਅੰਦਾਜ਼ੀ ਟੀਮ ਤੋਂ ਵੀ ਮੈਡਲ ਦੀ ਉਮੀਦ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਅੱਜ ਕਿੰਨੇ ਮੈਡਲ ਜਿੱਤਦਾ ਹੈ। ਨਿਸ਼ਾਨੇਬਾਜ਼ੀ ਅਤੇ ਤੀਰ ਅੰਦਾਜ਼ੀ ਤੋਂ ਇਲਾਵਾ ਭਾਰਤੀ ਅਥਲੀਟ ਕਈ ਹੋਰ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।